ਅੱਜ ਇਤਿਹਾਸਿਕ ਸ਼ਹਿਰ ਤਲਵੰਡੀ ਸਾਬੋ ਦੇ ਨਗਰ ਪੰਚਾਇਤ ਪ੍ਰਧਾਨ ਦੀ ਚੋਣ ਕੀਤੀ ਗਈ, ਜਿਸ ਵਿੱਚ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਚੋਣ ਵਿੱਚ ਨਗਰ ਪੰਚਾਇਤ ਦੇ ਚੌਥੇ ਪ੍ਰਧਾਨ 15 ਕੌਂਸਲਰਾਂ ਨੇ ਸਰਬਸੰਮਤੀ ਨਾਲ ਗੁਰਤਿੰਦਰ ਸਿੰਘ ਰਿੰਪੀ ਮਾਨ ਨੂੰ ਦੂਸਰੀ ਵਾਰ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਉਪ ਪ੍ਰਧਾਨ ਅਜੀਜ਼ ਖਾਨ ਚੁਣਿਆ ਗਿਆ। ਇਸ ਮੌਕੇ ਹਲਕਾ ਸੇਵਾਦਾਰ ਨੇ ਨਵੇਂ ਚੁਣੇ ਗਏ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਅਤੇ ਉਪ ਪ੍ਰਧਾਨ ਅਜੀਜ਼ ਖਾਨ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਇਕੱਤਰ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਚੁਣੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ ਅਤੇ ਉਪ ਪ੍ਰਧਾਨ ਅਜੀਜ਼ ਖਾਨ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਕੀ ਕਿਹਾ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਅੱਜ ਨਗਰ ਪੰਚਾਇਤ ਤਲਵੰਡੀ ਸਾਬੋ ਵਾਸਤੇ ਮੈਂ ਸਮਝਦਾ ਇਤਿਹਾਸਕ ਦਿਨ, ਇਤਿਹਾਸਕ ਪਿਆਰ ਦਾ ਇੱਕ ਜਿਹੜਾ ਇੱਥੋਂ ਸੁਨੇਹਾ ਚੱਲ ਕੇ ਜਾ ਰਿਹਾ। ਆਮ ਤੌਰ 'ਤੇ ਨਗਰ ਪੰਚਾਇਤ ਮਾਰਕੀਟ ਕਮੇਟੀਆਂ 'ਚ ਮਾਰਤਾ, ਲੜੋ ਲੜਾਈ, ਗਰੁੱਪਿਜ਼ਮ, ਧੜੇਬੰਦੀ ਵੇਖੀ ਜਾਂਦੀ ਹੈ, ਪਰ ਤਲਵੰਡੀ ਸਾਬੋ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ 15 MC ਕਿਸ ਤਰ੍ਹਾਂ ਰਲ ਕੇ ਕੰਮ ਕਰ ਸਕਦੇ, ਔਰ ਮਿਸਾਲ ਪੇਸ਼ ਕੀਤੀ ਹੈ। ਅਮਨ ਸਾਡਾ ਭਰਾ ਛੋਟਾ ਜਿਹੜਾ ਪ੍ਰਧਾਨ ਸੀ ਨਗਰ ਪੰਚਾਇਤ ਦਾ, ਅੱਜ ਤੱਕ ਅੱਜ ਉਹਨਾਂ ਦੀ ਅਖੀਰਲੇ ਦਿਨ 'ਤੇ ਮੈਂ ਵਧਾਈ ਦਿੰਦਾ, ਬੜਾ ਵਧੀਆ ਕਾਰਜਕਾਲ ਇਹਨੇ ਸੰਭਾਲਿਆ 2 ਸਾਲ ਦਾ, ਔਰ ਨਾਲ ਹੀ ਵਧਾਈ ਦਿੰਦਾ ਮੈਂ ਰਿੰਪੀ ਜੀ ਨੂੰ, ਜਿਨ੍ਹਾਂ ਨੂੰ ਅੱਜ ਤਲਵੰਡੀ ਸਾਬੋ ਨਗਰ ਪੰਚਾਇਤ ਦਾ ਪ੍ਰਧਾਨ ਥਾਪਿਆ ਗਿਆ ਔਰ ਅਗਲਾ ਕਾਰਜਕਾਲ ਇਹਨੇ ਸੰਭਾਲਣਾ, ਔਰ ਬੜੀ ਸਮੂਥ ਟ੍ਰਾਂਜੀਸ਼ਨ ਜਿਹਨੂੰ ਕਹਿੰਦੇ ਅਸੀਂ, ਬੜੇ ਪਿਆਰ ਨਾਲ ਸਦਭਾਵਨਾ ਸਾਰਿਆਂ ਨੇ ਰਲ ਮਿਲ ਕੇ ਫੈਸਲਾ ਸੀ ਅਤੇ ਉਹਨੂੰ ਨੇਪਰੇ ਚਾੜਿਆ। ਪ੍ਰਧਾਨਗੀ ਦੀ ਕੁਰਸੀ ਸੰਭਾਲਣ ਮਗਰੋਂ ਸਰਦਾਰ ਗੁਰਤਿੰਦਰ ਸਿੰਘ ਰਿੰਪੀ ਮਾਨ ਵੀ ਫੁੱਲੇ ਨਾ ਸਮਾਏ, ਕੀ ਕਿਹਾ ਉਹਨਾਂ ਨੇ ਪ੍ਰਧਾਨਗੀ ਸੰਭਾਲਣ ਤੋਂ ਬਾਅਦ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਜੋ ਵੀ ਮੈਨੂੰ ਜ਼ਿੰਮੇਵਾਰੀ ਨਗਰ ਪੰਚਾਇਤ ਦੀ ਪ੍ਰਧਾਨਗੀ ਦਿੱਤੀ ਗਈ ਹੈ ਉਹਨੂੰ ਮੈਂ ਬਾਖੂਬੀ ਮਿਹਨਤ ਨਾਲ ਨਿਭਾਵਾਂਗਾ, ਜਿਹੜੇ ਰਹਿੰਦੇ ਕਾਰਜ ਹੈ ਉਹ ਪੂਰੇ ਕਰਾਂਗੇ। ਬਾਕੀ ਗੁਰਪ੍ਰੀਤ ਮਾਨ ਸਿੰਘ ਹੈ ਜੀ ਵੀ ਸਾਡੇ ਨਾਲ ਹੈ, ਸਾਰੇ MCਾਂ ਦਾ ਸਹਿਯੋਗ ਹੈ, ਅਸੀਂ ਰਲ ਮਿਲ ਕੇ ਤਲਵੰਡੀ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਵਾਂਗੇ। ਬਾਕੀ ਜਟਾਣਾ ਸਾਹਿਬ ਬੈਠੇ ਆ ਕਿ ਉਹ ਫੰਡਾਂ ਦੀ ਘਾਟ ਹੋਈ ਹੈ, ਸਾਨੂੰ 3 ਕਰੋੜ ਹੋਣੇ ਆ ਇਹਨਾਂ ਦੇ ਉਪਰਾਲੇ ਨਾਲ, ਅਤੇ ਇਹ ਕੋਈ ਕਮੀ ਨਹੀਂ ਛੱਡਦੇ। ਜਦੋਂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਤਾਂ ਉਹਦੇ ਚੰਡੀਗੜ੍ਹੋਂ ਪੂਰਾ ਮੁੱਖ ਮੰਤਰੀ ਨੂੰ ਮਿਲ ਕੇ ਸਾਨੂੰ ਫੰਡ ਲਿਆ ਕੇ ਦਿੰਦੇ ਆ, ਔਰ ਅਸੀਂ ਪੂਰਾ ਨਮੂਨੇ ਦਾ ਤਲਵੰਡੀ ਸਾਬੋ ਨੂੰ ਸ਼ਹਿਰ ਬਣਾਵਾਂਗੇ। ਉੱਧਰ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਉਪ ਪ੍ਰਧਾਨ ਅਜੀਜ਼ ਖਾਨ ਨੂੰ ਬਣਾਇਆ ਗਿਆ। ਇਸ ਮੌਕੇ ਉਪ ਪ੍ਰਧਾਨ ਬਣਨ ਤੋਂ ਬਾਅਦ ਕੀ ਕਿਹਾ ਅਜੀਜ਼ ਖਾਨ ਨੂੰ, ਉਹ ਵੀ ਤੁਸੀਂ ਆਪ ਹੀ ਸੁਣ ਲਓ ਕੀ ਕਹਿੰਦੇ ਨੇ ਨਵੇਂ ਉਪ ਪ੍ਰਧਾਨ। ਸਰਦਾਰ ਖੁਸ਼ਬਾਜ ਜਟਾਣਾ ਜੀ ਅਤੇ ਸਾਰੇ MC ਸਾਹਿਬਾਨ ਦਾ, ਜਿਨ੍ਹਾਂ ਨੇ ਸਾਨੂੰ ਇਹ ਅਹੁਦਾ ਬਖਸ਼ਿਆ, ਅਤੇ ਅਸੀਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਇਸ ਅਹੁਦੇ 'ਤੇ ਕੰਮ ਕਰਾਂਗੇ ਅਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵੋਟਾਂ ਜੋੜਾਂਗੇ ਅਤੇ ਤਰੱਕੀ ਦੇ ਵਿਕਾਸ ਦੇ ਨਾਂ 'ਤੇ ਅਸੀਂ ਵੋਟਾਂ ਮੰਗਾਂਗੇ। ਅਤੇ ਸੋ ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ। ਚੋਣ ਹੋਣ ਤੋਂ ਬਾਅਦ ਸਮੂਹ ਕਾਂਗਰਸੀ ਵਰਕਰਾਂ ਨੇ ਅਤੇ ਗੁਰਤਿੰਦਰ ਸਿੰਘ ਰਿੰਪੀ ਮਾਨ ਦੇ ਸਪੋਟਰਾਂ ਨੇ ਜਿੱਥੇ ਉਹਨਾਂ ਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ, ਉੱਥੇ ਗਲਾਲ ਵੀ ਖੇਡਿਆ ਗਿਆ ਅਤੇ ਇੱਕ ਸਜਾਈ ਹੋਈ ਖੁੱਲ੍ਹੀ ਜੀਪ ਦੇ ਵਿੱਚ ਚੜ੍ਹ ਕੇ ਸ਼ਹਿਰ ਦੇ ਵਿੱਚ ਦੀ ਗੇੜਾ ਦਿੰਦੇ ਹੋਏ ਤਖ਼ਤ ਸ੍ਰੀ ਦਮਦਮਾ ਸਾਹਿਬ
ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ ਕਿ ਤਲਵੰਡੀ ਸਾਬੋ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾ ਸਕੇ। ਇਸ ਮੌਕੇ ਸਪੋਟਰਾਂ ਨੇ ਢੋਲ ਦੀ ਢਾਲ 'ਤੇ ਭੰਗੜੇ ਪਾਏ ਅਤੇ ਗੁਰਤਿੰਦਰ ਸਿੰਘ ਰਿੰਪੀ ਮਾਨ ਨੂੰ ਵਧਾਈਆਂ ਦਿੱਤੀਆਂ। ਤਲਵੰਡੀ ਸਾਬੋ ਤੋਂ ਚੜ੍ਹਦਾ ਪੰਜਾਬ ਖਬਰਨਾਮੇ ਲਈ ਲਖਵਿੰਦਰ ਸ਼ਰਮਾ ਦੀ ਰਿਪੋਰਟ। ਖਬਰਾਂ ਲਵਾਉਣ ਲਈ ਸੰਪਰਕ ਕਰੋ 9417555695।